ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ? ਅੱਛਾ ਜੀ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਬਹਿਸ ਵਾਲੇ ਐਡੀਟੋਰੀਅਮ ਦੇ ਵਿੱਚ ਸਮਰੱਥਾ 1000, ਸੱਦਾ ਸਮੁੱਚੇ ਪੰਜਾਬੀਆਂ ਨੂੰ ਟੈਨਸ਼ਨ ਦੇ ਵਿੱਚ। ਅਫਸਰ ਮਨਪ੍ਰੀਤ ਸਿੰਘ ਬਾਦਲ ਲੱਕ ਦੇ ਉੱਤੇ ਬੈਲਟ ਬੰਨ੍ਹ ਕੇ ਵਿਜੀਲੈਂਸ ਦੇ ਕੋਲੇ ਪੇਸ਼ ਹੋਏ। ਮੋਹਾਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਘਰ ਤੇ ਦਫ਼ਤਰਾਂ ਤੇ ਈਡੀ ਦੀ ਰੇਡ। ਗੁਰਦਾਸਪੁਰ ਦੀ ਕੁੜੀ ਦਾ ਲੰਡਨ ਵਿੱਚ ਕਤਲ, ਪਤੀ ਨਹੀਂ ਮਾਰਿਆ ਚਾਕੂ। ਬਠਿੰਡਾ ਵਿੱਚ ਕਤਲ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਗੈਂਗਸਟਰ ਅਰਸ਼ ਡੱਲਾ ਨੇ। ਜਾਖੜ ਨੇ ਕਿਹਾ ਮੈਨੂੰ ਤੇ ਭਗਵੰਤ ਮਾਨ ਨੂੰ ਕਬੱਡੀ ਖਿਡਾਓ। ਪੁਲਿਸ ਨੇ ਵੀਲ ਚੇਅਰ ਵਾਲੇ ਅਪਾਹਜ ਨੂੰ ਬਣਾਇਆ ਸ਼ਰਾਬ ਤਸਕਰ, ਅਦਾਲਤ ਨੇ ਕੀਤਾ ਜੁਰਮਾਨਾ। ਨਵਜੋਤ ਸਿੱਧੂ ਦੇ ਪੁੱਤ ਦੇ ਵਿਆਹ ਦੀ ਤਰੀਕ ਤੈਅ। ਮਜੀਠੀਆ ਨੇ ਜਾਰੀ ਕੀਤੀ ਕੇਜਰੀਵਾਲ ਦੀ ਮਾਫ਼ੀ ਵਾਲੀ ਚਿੱਠੀ। ਤੇ ਆਖਰੀ ਖ਼ਬਰ, ਲੱਖਾ ਸਧਾਣਾ ਦੇ ਘਰ ਨੂੰ ਪੁਲਿਸ ਵੱਲੋਂ ਘੇਰਾ ਪਾਏ ਜਾਣ ਦੇ ਚਰਚੇ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। ਸਵਰਨ ਸਿੰਘ ਟੈਣਾ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕਿਹੜੇ MLA ਦੇ ਘਰ ਦੇ ਉੱਤੇ ਛਾਪਾ ਪਿਆ ED ਦਾ? ਸਿੰਘ ਸਾਹਿਬ, ਇਹ ਕੁਲਵੰਤ ਸਿੰਘ ਜਿਹੜੇ ਕਿ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਤੇ ਪੰਜਾਬ ਦੇ ਆਪ ਦੇ ਸਭ ਤੋਂ ਅਮੀਰ ਵਿਧਾਇਕ ਆ, ਕਿਉਂਕਿ ਉਹਨਾਂ ਨੇ ਇਹ ਗੱਲ ਖੁਦ ਮੰਨੀ ਸੀਗੀ ਜਦੋਂ ਆਪਾਂ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਵੀ ਮੇਰੇ ਕਾਰੋਬਾਰ ਕਿੰਨੇ ਤਕੜੇ ਤਕੜੇ ਆ। ਸੋ ਉਹ ਸਭ ਤੋਂ ਅਮੀਰ ਵਿਧਾਇਕ ਦੇ ਘਰ ਦੇ ਵਿੱਚ ED ਦੇ ਵੱਲੋਂ ਇਹਨਾਂ ਦੇ ਕਾਰੋਬਾਰੀ ਥਾਵਾਂ ਦੇ ਉੱਤੇ ਤੇ ਦੋਸਤਾਂ ਦੇ ਨਾਲ ਸੰਬੰਧਿਤ ਥਾਵਾਂ ਦੇ ਉੱਤੇ ਉੱਥੇ ਛਾਪੇਮਾਰੀ ਹੋਈ ਆ। ਕਿਹਾ ਇਹ ਜਾ ਰਿਹਾ ਜੀ ਕਿ ਸ਼ਰਾਬ ਮਾਮਲੇ ਦੇ ਵਿੱਚ ਕੁਝ ਕਿਹਦੇ ਵਿੱਚ ਊਣ ਤਾਈਆਂ ਜਾਂ ਕੁਝ ਗੜਬੜੀਆਂ ਹੋਈਆਂ ਕਥਿਤ ਤੌਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਆ। ED ਦੇ ਵੱਲੋਂ ਕੀ ਕੁਝ ਬਰਾਮਦ ਕੀਤਾ ਗਿਆ, ਕੀ ਕੁਝ ਲੈ ਲਿਆ ਗਿਆ, ਕੀ ਕੁਝ ਉਹਨਾਂ ਨੂੰ ਹੋਰ ਸੂਹ ਮਿਲੀ ਆ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ। ਪਰ ਕੁਛ ਕੁ ਦਿਨ ਪਹਿਲਾਂ ਹੀ ਆਪਾਂ ਜਾਣਦੇ ਕਿ ਪੰਜਾਬ ਦੇ CM ਸਾਹਿਬ ਨੂੰ ਚਿੱਠੀ ਲਿਖੀ ਸੀਗੀ ਰਾਜਪਾਲ ਸਾਹਿਬ ਨੇ, ਉਹਦੇ ਵਿੱਚ ਵੀ ਕੁਲਵੰਤ ਸਿੰਘ ਦੀ ਇੱਕ ਕੰਪਨੀ ਦਾ ਜ਼ਿਕਰ ਕੀਤਾ ਗਿਆ ਸੀ, ਕਿਥਿਤ ਬੇਦੀ ਜ਼ਮੀਨਾਂ ਦਾ ਮਾਮਲਾ ਸੀਗਾ। ਤੇ ਹੁਣ ਇਸ ਮਾਮਲੇ ਤੇ ਪਤਾ ਲੱਗਾ ਜੀ ਰੇਡ ਪਈ ਹੈ ਜੀ। ਅੱਛਾ, ਜਿੱਥੇ ਹੁਣ ਬਹਿਸ ਹੋਣੀ ਆ 1 ਨਵੰਬਰ ਨੂੰ, ਆਡੀਟੋਰੀਅਮ ਚ ਕਿੰਨੇ ਲੋਕ ਬਹਿੰਦੇ, ਇਹਦੀ ਕਪੈਸਿਟੀ ਕਿੰਨੀ ਆ, ਕਿੰਨੇ ਆ ਜਾਣੇ ਆ ਲੋਕ? ਸਿੰਘ ਸਾਹਿਬ, ਇੱਕ ਤਾਂ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਕਿ ਜਿਹੜਾ ਇਹ ਆਡੀਟੋਰੀਅਮ ਨਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਾਲਾ, ਇਹਦੇ ਵਿੱਚ ਜਿਹੜਾ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਆ ਉਹਦੇ ਵਿੱਚ ਬਹਿਸ ਹੋਣੀ ਆ। ਉਹਦੇ ਵਿੱਚ ਲਗਭਗ 1000 ਕੁਰਸੀ ਦਾ ਪ੍ਰਬੰਧ ਆ, ਯਾਨੀ ਕਿ 1000 ਲੋਕਾਂ ਦੇ ਬੈਠਣ ਦੀ ਕਪੈਸਿਟੀ ਵਾਲਾ ਹਾਲ ਆ। ਉੱਥੇ ਮੰਨਿਆ ਜਾ ਰਿਹਾ ਜੀ 200-250-300 VVIP ਲੋਕਾਂ ਦੀਆਂ ਜਾਂ VIP ਲੋਕਾਂ ਦੀਆਂ ਕੁਰਸੀਆਂ ਹੋ ਜਾਣੀਆਂ। ਤੇ ਆਮ ਲੋਕਾਂ ਵਾਸਤੇ ਜਾਂ ਜਿਹੜੇ ਵੀ ਪ੍ਰਸ਼ੰਸਕ ਹੋਣਗੇ ਕਿਸੇ ਵੀ ਪਾਰਟੀ ਦੇ ਜਾਂ ਜਿਹੜੇ ਕਿ ਨਿਰਪੱਖ ਲੋਕ ਹੋਣਗੇ ABCD, ਉਹ ਕਹਿੰਦੇ ਜੀ ਲਗਭਗ 700-800 ਕੁਰਸੀ ਉਹਨਾਂ ਦੇ ਲਈ ਹੈਗੀ ਆ। ਹੁਣ ਸਵਾਲ ਇਹ ਪੈਦਾ ਹੋਣ ਲੱਗ ਪਿਆ, ਵਿਰੋਧੀਆਂ ਨੇ ਵੀ ਸਵਾਲ ਚੁੱਕਿਆ ਵੀ ਬੁਲਾਇਆ ਸਾਰੇ ਪੰਜਾਬ ਨੂੰ ਵੀ ਭਾਈ ਪੰਜਾਬੀਓ ਖੁੱਲ੍ਹ ਕੇ ਆਓ, ਇੱਥੇ ਮਹਮਾ ਕੇ ਪਹੁੰਚੋ, ਬਹਿਸ ਦਾ ਹਿੱਸਾ ਬਣੋ, ਦੇਖੋ ਭਾਈ ਪੰਜਾਬ ਨੂੰ ਕਿਹਨੇ ਲੁੱਟਿਆ। ਤੇ ਬੰਦਾ ਇੱਥੇ 800 ਬੈਠ ਸਕਦਾ। ਫਿਰ ਇਹ ਵੀ ਗੱਲ ਹੈ ਜੀ ਕਿ ਲੁਧਿਆਣੇ ਦੇ ਵਿੱਚ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਹੈਗੀ, ਚੱਪੇ ਚੱਪੇ ਤੇ ਪੂਰਾ ਪੁਲਿਸ ਛਾਉਣੀ ਬਣਿਆ ਹੋਇਆ ਇਸ ਵੇਲੇ ਲੁਧਿਆਣਾ। ਸੋ ਸਵਾਲ ਇਹ ਪੈਦਾ ਹੁੰਦਾ ਜੀ ਕਿ ਉੱਥੇ ਕੌਣ ਆਊਗਾ ਕੌਣ ਨਹੀਂ ਆਊਗਾ। ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਹ ਵੀ ਗੱਲ ਕਹੀ ਹੈ, ਉਹ ਕਹਿੰਦੇ ਜੀ ਜਿੰਨੀ ਮੈਨੂੰ ਜਾਣਕਾਰੀ ਮਿਲੀ ਆ ਵੀ ਕੱਲੇ ਕੱਲੇ ਵਿਧਾਇਕ ਨੂੰ ਕਿਹਾ ਗਿਆ ਵੀ ਜਨੂੰਨੀ ਪ੍ਰਸ਼ੰਸਕ ਜਿਹੜੇ ਆਮ ਆਦਮੀ ਪਾਰਟੀ ਦੇ 40-40 45-45 ਇੱਥੇ ਲੈ ਕੇ ਆਉਣੇ ਆ। ਤੇ ਆ ਹੁਣੇ ਇੱਕ ਪਾਰਟੀ ਨੇ ਇੱਕ ਪੋਸਟਰ ਪਾਇਆ, ਉਹ ਕਹਿੰਦੇ ਜੀ ਜੱਜ ਆਪ, ਬਹਿਸ ਲਈ ਸਥਾਨ ਆਪਣਾ, ਬਹਿਸ ਦੇ ਲਈ ਮੰਚ ਸੰਚਾਲਕ ਆਪਣਾ, ਬਹਿਸ ਦੇ ਲਈ ਦਰਸ਼ਕ ਆਪਣੇ, ਬਹਿਸ ਆਪ ਕਰਨ ਦੀ ਗੱਲ ਪੁਲਿਸ ਆਪਣੀ, ਜਗ੍ਹਾ ਆਪਣੀ, ਸਮਾਂ ਆਪਣਾ, ਤੇ ਵਿਰੋਧੀ ਆਉਣ ਵੀ ਕਿਹੜੇ ਗੱਲੋਂ ਜੀ। ਬਾਹਰ ਖੁੱਲੇ ਗਰਾਊਂਡ ਚ ਕਿਉਂ ਨੀ ਕਰਵਾਈ ਗਈ ਫਿਰ? ਪਤਾ ਨੀ ਜੀ ਕਿਹੜੇ ਕਾਰਨ ਹੋਣਗੇ ਜੀ। ਪਹਿਲਾਂ ਤਾਂ ਆਪਾਂ ਜਾਣਦੇ ਕਿ ਜਿਹੜਾ ਚੰਡੀਗੜ੍ਹ ਦਾ ਟੈਗੋਰ ਥੀਏਟਰ ਆ ਉੱਥੇ ਕਰਵਾਉਣ ਦੀ ਗੱਲ ਚੱਲੀ ਸੀ, ਫਿਰ ਉੱਥੇ ਨਿਗਮਾਂ ਮੁਤਾਬਕ ਪਰਮਿਸ਼ਨ ਨਹੀਂ ਮਿਲੀ, ਫਿਰ ਇਹ ਜਗ੍ਹਾ ਰੱਖ ਲਈ ਗਈ ਆ। ਇਹਦੇ ਪਿਛਲੇ ਤਕਨੀਕੀ ਕਾਰਨ ਮਸਲੇ ਕੀ ਹੋਣਗੇ ਮੈਨੂੰ ਪਤਾ ਨੀ ਗਾ, ਪਰ ਆ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਜਿਹੜੀ ਕਿ ਪਿਛਲੇ ਕੁਝ ਘੰਟਿਆਂ ਤੋਂ ਸੋਸ਼ਲ ਮੀਡੀਆ ਤੇ ਆ, ਲੱਖਾ ਸਧਾਣਾ ਦੇ ਘਰ ਨੂੰ ਪੁਲਿਸ ਨੇ ਇਸ ਵੇਲੇ ਘੇਰਿਆ ਹੋਇਆ, ਕਿਉਂਕਿ ਲੱਖੇ ਸਧਾਣੇ ਨੇ ਗੱਲ ਕਹੀ ਸੀ ਕਿ ਮੈਂ ਵੀ ਇਸ ਬਹਿਸ ਦੇ ਵਿੱਚ ਜਾਊਂਗਾ। ਪਿਛਲੇ ਦਿਨੀ ਜਿਹੜੀ ਪ੍ਰਗਟ ਸਿੰਘ ਤੇ ਹਮੀਰ ਸਿੰਘ ਹੋਰਾਂ ਦੇ ਵੱਲੋਂ ਬਹਿਸ ਕਰਵਾਈ ਗਈ ਸੀਗੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ, ਜਿਹਦੇ ਵਿੱਚ ਚੰਨੀ ਸਾਹਿਬ ਵੀ ਸੀ, ਜਿਹਦੇ ਵਿੱਚ ਮਜੀਠੀਆ ਸਾਹਿਬ ਵੀ ਸੀ, ਜਿਹਦੇ ਵਿੱਚ ਜਾਖੜ ਸਾਹਿਬ ਵੀ ਸੀ, ਕਈ ਹੋਰ ਸਿਆਸੀ ਆਗੂ ਵੀ ਸੀਗੇ। ਉੱਥੇ ਲੱਖੇ ਸਧਾਣੇ ਨੇ ਗੱਲ ਕਹੀ ਸੀ ਵੀ ਆਹ ਬੈਠੇ ਫਲਾਣੇ ਤੇ ਆਹ ਬੈਠੇ ਫਲਾਣੇ, ਇਹਨਾਂ ਦੀਆਂ ਸਰਕਾਰਾਂ ਹੁਣ ਤੱਕ ਰਹੀਆਂ, ਇਹਨਾਂ ਨੇ ਪੰਜਾਬ ਨੂੰ ਪੱਟਤਾ ਤੇ ਜਦੋਂ ਵਿਰੋਧੀ ਹੁੰਦੇ ਆ ਉਦੋਂ ਇਹਨਾਂ ਨੂੰ ਫਿਕਰ ਆਉਂਦਾ ਪੰਜਾਬ ਦਾ, ਤੇ ਜੋ ਕੁਝ ਪਹਿਲਾਂ ਵਾਲੇ ਕਰਦੇ ਰਹੇ ਆ ਉਹ ਕੁਝ ਹੁਣ ਵਾਲੇ ਕਰਦੇ ਰਹੇ ਨੇ। ਕਿਹਾ ਸੀ ਬਹਿਸ ਦੇ ਵਿੱਚ ਮੈਂ ਵੀ ਜਾਊਂਗਾ, ਲੱਖੇ ਸਧਾਣੇ ਦੇ ਨਾਲ ਸੰਪਰਕ ਨਹੀਂ ਹੋ ਰਿਹਾ। ਉਹਦੇ ਪ੍ਰਸ਼ੰਸਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਕੱਲ੍ਹ ਨੂੰ ਸਵੇਰੇ 10 ਵਜੇ ਲੱਖੇ ਦੇ ਘਰ ਦੇ ਮੂਹਰੇ ਜਾਣਾ ਹੈਗਾ ਇਕੱਠੇ ਹੋ ਕੇ ਬਹੁਤ ਵੱਡੇ ਕਾਫਲੇ ਦੇ ਰੂਪ ਦੇ ਵਿੱਚ। ਲੱਖਾ ਕਿੱਥੇ ਰੱਖਿਆ, ਕਿੱਥੇ ਚੱਕਿਆ,
ਕਿਉਂ ਚੱਕਿਆ, ਪੂਰੇ ਘਰ ਨੂੰ ਘੇਰਾ ਕਿਹੜੀ ਗੱਲੋਂ ਪਾ ਲਿਆ ਗਿਆ, ਕੀ ਉਹਨੂੰ ਬਹਿਸ ਦੇ ਵਿੱਚ ਜਾਣ ਤੋਂ ਰੋਕਿਆ ਗਿਆ, ਇਹਦੇ ਬਾਰੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੱਲ ਕਹੀ ਹੈ ਜੀ ਕਿ ਮੈਂ ਵੀ ਬਹਿਸ ਦੇ ਵਿੱਚ ਜਾਣਾ। ਜਿਹੜੀ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਹੋਈ ਆ, ਉਹਦੇ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਅਸੀਂ ਵੀ ਜਾਣਾ। ਸੋ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਜੀ। ਸੋ ਲੱਖਾ ਸੁਧਾਣਾ ਹੁਣ ਇਸ ਵੇਲੇ ਪੁਲਿਸ ਦੀ ਹਿਰਾਸਤ ਚ, ਇਹਦੇ ਬਾਰੇ ਤਿੰਨ ਸਾਹਿਬ ਪਤਾ ਨੀ ਜੀ ਪੁਲਿਸ ਨੇ ਫੜਿਆ ਹੋਇਆ ਜਾਂ ਉਹ ਅੰਦਰ ਹੀ ਆ ਜਾਂ ਕਿੱਥੇ ਆ, ਪਰ ਇਹ ਗੱਲ ਪੱਕੀ ਆ 100% ਵੀ ਉਹਦੇ ਘਰ ਨੂੰ ਇਸ ਵੇਲੇ ਪੁਲਿਸ ਨੇ ਘੇਰਾ ਪਾਇਆ ਹੋਇਆ ਜੀ। ਮਨਪ੍ਰੀਤ ਸਿੰਘ ਬਾਦਲ ਦੇ ਭਾਵੇਂ ਕਹਿੰਦੇ ਲੱਕ ਚ ਕੋਈ ਫ੍ਰੈਕਚਰ ਨਹੀਂ ਹੋਇਆ, ਲੇਕਿਨ ਲੱਕ ਟੁੱਟ ਗਿਆ ਔਰ ਬੈਲਟ ਬੰਨ ਕੇ ਰੱਖਦੇ ਨੇ ਹੁਣ। ਬਿਲਕੁਲ ਜੀ ਬਿਲਕੁਲ, ਦੇਖੋ ਹੋ ਸਕਦਾ ਕੋਈ ਮਣਕੇ ਦੀ ਸਮੱਸਿਆ ਹੋਵੇ, ਹੋ ਸਕਦਾ ਵੀ ਭਾਰ ਕਈ ਵਾਰੀ ਕੋਈ ਚੱਕਿਆ ਚੁੱਕਿਆ ਹੁੰਦਾ ਜੀ ਕਿ ਕੋਈ ਨਾ ਕੋਈ ਡਿਸਕ ਹਿੱਲ ਜਾਂਦੀ ਹੈ, ਕੋਈ ਜ਼ਿੰਦਗੀ ਦੇ ਵਿੱਚ ਕੋਈ ਹੋਰ ਸਮੱਸਿਆ ਕੋਈ ਨਾ ਕੋਈ ਬਣ ਜਾਂਦੀ ਹੈ, ਕੋਈ ਉੱਚੇ ਨੀਵੇਂ ਥਾਂ ਤੇ ਪੈਰ ਰੱਖਿਆ ਗਿਆ ਜਾਂ ਨਹੀਂ ਵੀ ਕੋਈ ਸਮੱਸਿਆ ਹੋਣੀ, ਪਤਾ ਨੀ ਕੀ ਕਾਰਨ ਹੋਣਗੇ। ਪਰ ਪਿਛਲੇ ਦਿਨ ਵਿਜੀਲੈਂਸ ਨੇ ਬੁਲਾਇਆ ਸੀਗਾ ਮਨਪ੍ਰੀਤ ਬਾਦਲ ਨੂੰ, ਉਹਨਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਇੱਕ ਭੇਜਿਆ ਸੀ ਮੈਡੀਕਲ ਸਰਟੀਫਿਕੇਟ, ਉਹਦੇ 'ਚ ਇਹ ਗੱਲ ਕਹੀ ਗਈ ਸੀ ਕਿ ਭਾਈ ਮੇਰੀ ਇਸ ਵੇਲੇ ਪਿੱਠ ਦੇ ਵਿੱਚ ਦਰਦ ਬਹੁਤ ਹੈ ਤੇ PGI ਦੇ ਡਾਕਟਰਾਂ ਦਾ ਜਿਹੜਾ ਇਲਾਜ ਚੱਲ ਰਿਹਾ ਤੇ ਭਾਈ ਮੈਂ ਹਾਲੇ ਆ ਨਹੀਂ ਸਕਦਾ। ਪਰ ਫਿਰ ਬੁਲਾਇਆ ਗਿਆ ਤੇ ਮਨਪ੍ਰੀਤ ਬਾਦਲ ਹੋ ਰਹੀਆਂ ਜਿਹੜੇ ਉਹ ਅੱਜ ਪਹੁੰਚੇ ਜੀ ਬਠਿੰਡੇ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਵਿੱਚ, 2 ਤੋਂ ਲੈ ਕੇ 2.5 ਘੰਟੇ ਪੁੱਛਗਿੱਛ ਕੀਤੀ ਗਈ ਆ। ਲੱਕ ਦੇ ਉੱਤੇ ਬੈਲਟ ਲੱਗੀ ਹੋਈ ਆ, ਮਨਪ੍ਰੀਤ ਬਾਦਲ ਦੇ ਹੌਲੀ ਹੌਲੀ ਤੁਰਦੇ ਆ, ਹੌਲੀ ਹੌਲੀ ਪੋਲੇ ਪੋਲੇ ਪੈਰੀਂ ਤੁਰਦੇ ਆ। ਉਹਨਾਂ ਨੇ ਗੱਲ ਕਹੀ ਆ ਮੇਰੇ ਲੱਕ ਦੇ ਵਿੱਚ ਪੀੜ ਬਹੁਤ ਆ। ਵਿਜੀਲੈਂਸ ਦੇ ਅਧਿਕਾਰੀਆਂ ਨੇ ਕਿਹਾ ਜੀ ਕਿ ਇਹ ਕਾਗਜ਼ਾਤ ਨਾਲ ਲੈ ਕੇ ਨੀ ਆਏ, ਦਸਤਾਵੇਜ਼ ਨਾਲ ਨੀ ਲੈ ਕੇ ਆਏ, ਉਹਦੇ ਬਿਨਾਂ ਗੱਲ ਨੀ ਬਣਨੀਗੀ। ਅਗਲੀ ਜਿਹੜੀ ਰਾਡੀਓ ਆਵਾਜ਼ ਮਾਰੀ ਜਾਊਗੀ ਉਹਦੇ ਵਿੱਚ ਵਿਜੀਲੈਂਸ ਇਹਨਾਂ ਨੂੰ ਕਹੂਗੀ ਜੀ ਭਾਈ ਤੁਸੀਂ ਲੈ ਕੇ ਵੀ ਆਓ ਸਾਰਾ ਸਮਾਨ। ਸੋ ਇਸ ਤਰੀਕੇ ਦੇ ਨਾਲ ਆ। ਪਰ ਮਨਪ੍ਰੀਤ ਬਾਦਲ ਨੇ ਵੀ ਗੱਲ ਕਹੀ ਆ ਕਿ ਮੈਂ ਭੱਜਿਆ ਨਹੀਂ, ਜਦੋਂ ਵੀ ਵਿਜੀਲੈਂਸ ਬੁਲਾਊਗੀ ਮੈਂ ਹਾਜ਼ਰ ਆ। ਤੇ ਗੁਰਦਾਸਪੁਰ ਦੇ ਵਿੱਚ ਜਿਹੜੀ ਲੜਕੀ ਦਾ ਕਤਲ ਹੋਇਆ ਉਹਦੇ ਬਾਰੇ ਕੀ ਬੈਕਗ੍ਰਾਉਂਡ ਕੀ ਹੈ ਇਸ ਸਾਰੀ ਕਹਾਣੀ ਦੀ? ਗੁਰਦਾਸਪੁਰ ਦੀ ਲੜਕੀ ਦਾ ਜੀ ਇੰਗਲੈਂਡ ਦੇ ਵਿੱਚ ਕਤਲ ਹੋ ਗਿਆ। ਇਹ ਕੁੜੀ ਹੈ ਜਿਹੜੀ 19-20 ਵਰਿਆਂ ਦੀ ਆ, ਇਹ ਗਈ ਜੀ ਸਟੱਡੀ ਬੇਸ ਦੇ ਉੱਤੇ ਇੰਗਲੈਂਡ ਦੇ ਵਿੱਚ, ਮਹਿਕ ਇਹਦਾ ਨਾਂ, ਤੇ ਇਸ ਕੁੜੀ ਦੀ ਮਾਂ ਨੇ ਇਹਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਵੀ ਮੁੰਡਾ ਜਿਹੜਾ ਕਿ ਜਾਣੀ ਕਿ ਸਪਾਊਸ ਦੇ ਵੀਜ਼ੇ ਦੇ ਉੱਤੇ ਜਿਹੜਾ ਗਿਆ, ਜਿਹੜਾ ਇਹਦਾ ਘਰ ਵਾਲਾ, ਉਹਨੇ ਚਾਕੂ ਮਾਰ ਕੇ ਆਪਦੀ ਵਹੁਟੀ ਨੂੰ ਕਤਲ ਕਰ ਦਿੱਤਾ ਇੰਗਲੈਂਡ ਦੇ ਵਿੱਚ। ਹੁਣ ਇਸ ਪੀੜਤ ਪਰਿਵਾਰ ਨੇ ਗੱਲ ਕਹੀ ਆ, ਕੁੜੀ ਦੇ ਮਾਪਿਆਂ ਨੇ ਗੱਲ ਕਹੀ ਆ ਵੀ ਸੂਬੇ ਦੀ ਸਰਕਾਰ ਸਾਡੀ ਮਦਦ ਕਰੇ, ਅਸੀਂ ਆਪਣੀ ਕੁੜੀ ਦੀ ਲਾਸ਼ ਆ ਜਿਹੜੀ ਉਹ ਪੰਜਾਬ ਦੇ ਵਿੱਚ ਵਾਪਸ ਮੰਗਵਾਉਣੀ ਚਾਹੁੰਦੇ ਹਾਂ। ਤੇ ਬਾਕੀ ਬਠਿੰਡੇ 'ਚ ਇੱਕ ਬਿਜ਼ਨਸਮੈਨ ਦਾ ਕਤਲ ਹੋਇਆ ਸੀ, ਉਹਦੀ ਜ਼ਿੰਮੇਵਾਰੀ ਕਿਹਨੇ ਚੁੱਕੀ ਹੈ? ਇਹ ਦੇਖੋ ਜੀ ਬੜੇ ਦੁੱਖ ਦੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਚੱਲਦੀਆਂ। ਇਹ ਤਾਂ ਚਲੋ ਰਾਜਨੀਤਿਕ ਲੋਕਾਂ ਦੀ ਬਹਿਸ ਦੀ ਗੱਲ ਹੁੰਦੀ ਜੀ ਕਿ ਸਾਡੇ ਰਾਜ 'ਚ ਗੋਲੀਆਂ ਚੱਲੀਆਂ ਨੀ, ਸਾਡੇ ਰਾਜ ਦੇ ਵਿੱਚ ਐਂ ਨੀ ਹੋਇਆ, ਫਲਾਂ ਨੀ ਹੋਇਆ, ਜਦਕਿ ਸਭ ਦੇ ਰਾਜ ਦੇ ਵਿੱਚ ਸਭ ਕੁਝ ਹੋਇਆ ਤੇ ਹੁਣ ਵੀ ਉਹ ਹੀ ਕੁਝ ਚੱਲ ਰਿਹਾ। ਤੇ ਆਪਾਂ ਪਿਛਲੇ ਦਿਨ ਖਬਰ ਸਾਂਝੀ ਕੀਤੀ ਸੀ ਪਰਿਵਾਰਕ ਜੀਆਂ ਦੇ ਨਾਲ ਕਿ ਬਠਿੰਡੇ ਦੇ ਵਿੱਚ ਇੱਕ ਕੁਲਚੇ ਵਾਲੀ ਦੁਕਾਨ ਹੈਗੀ ਆ, ਬੜੀ ਮਸ਼ਹੂਰ ਆ, ਉਹਦਾ ਮਾਲਕ ਆ ਜਿਹੜਾ ਬਾਹਰ ਬੈਠਾ ਕੁਰਸੀ ਡਾਹ ਕੇ ਤੇ ਉੱਥੇ ਧੁੱਪ ਸੇਕ ਰਿਹਾ। ਮੋਟਰਸਾਈਕਲ ਤੇ 2 ਜਣੇ ਆਉਂਦੇ ਆ, ਉਹਦੇ ਗੋਲੀਆਂ ਮਾਰ ਕੇ ਠਾ ਠਾ ਕਰਕੇ ਚਲੇ ਜਾਂਦੇ ਆ, ਉਸ ਵਪਾਰੀ ਦੀ ਉਸ ਦੁਕਾਨਦਾਰ ਦੀ ਮੌਤ ਹੋ ਜਾਂਦੀ ਆ। ਬਾਅਦ ਦੇ ਵਿੱਚ ਬਠਿੰਡੇ ਦੇ ਕਾਰੋਬਾਰੀਆਂ ਨੇ ਸੜਕ ਦੇ ਉੱਤੇ ਜਾਮ ਲਾਇਆ, ਉਹਨਾਂ ਨੇ ਧਰਨਾ ਲਾਇਆ, ਫਿਰ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਦੀ ਗੱਲ ਵੀ ਕਹੀ ਗਈ। ਪਰ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਗੈਂਗਸਟਰ ਅਰਸ਼ ਡੱਲਾ ਦੇ ਵੱਲੋਂ ਪੋਸਟ ਪਾਈ ਗਈ ਆ, ਉਹਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਅਸੀਂ ਕਤਲ ਕੀਤਾ। ਇਹ ਗੱਲ ਕਹੀ ਹੈ ਜੀ ਕਿ ਇੱਕ ਪਾਰਕਿੰਗ ਦਾ ਵਿਵਾਦ ਸੀਗਾ, ਪਾਰਕਿੰਗ ਦਾ ਮਸਲਾ ਸੀ ਕੋਈ ਜਗ੍ਹਾ ਦਾ, ਤੇ ਇਹਦੇ ਕਰਕੇ ਵੀ ਉਹ ਕਹਿੰਦਾ ਜੀ ਅਸੀਂ ਸਮਝਾਇਆ ਸੀ ਇਸ ਵਪਾਰੀ ਨੂੰ, ਇਸ ਕਾਰੋਬਾਰੀ ਨੂੰ, ਇਹ ਮੰਨਿਆ ਨੀ ਮੇਰੇ ਕੰਮ 'ਚ ਦਖਲ ਦਿੰਦਾ ਸੀਗਾ, ਜਿਹਦੇ ਕਰਕੇ ਸਾਡੇ ਬੰਦਿਆਂ ਨੇ ਗੋਲੀਆਂ ਮਾਰ ਗਈਆਂ। ਸੋ ਜਾਖੜ ਨੇ ਮਖੌਲ ਉਡਾਇਆ ਇਸ ਬਹਿਸ ਦਾ? ਹਾਂ ਬਿਲਕੁਲ, ਗੱਲ ਇਹ ਜੀ ਕਿ ਜਾਖੜ ਸਾਹਿਬ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਆ ਉਹ ਹੈ ਤਾਂ ਥੋੜੀ ਜਿਹੀ ਹਾਸੇ ਵਾਲੀ, ਪਰ ਉਹਨਾਂ ਨੇ ਮੇਰਾ ਖਿਆਲ ਆ ਵੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਜੇ ਤੁਸੀਂ ਮੈਨੂੰ ਸਮਝਦੇ ਆ ਵੀ ਭਾਈ ਮੈਂ ਉਮਰ ਦਰਾਜ਼ ਹੋ ਗਿਆ, ਤੇ ਭਾਈ ਜਿਵੇਂ ਬੰਦਾ ਕਹਿੰਦਾ ਹੁੰਦਾ ਵੀ ਕੱਲੇ ਨਾ ਕੱਲਾ ਜਿੱਥੇ ਮਰਜ਼ੀ ਆ ਕੇ ਦੇਖ ਲਓ, ਜਿਵੇਂ ਐਂ ਜਿਹੜੀ ਇੱਕ ਪੰਜਾਬੀਆਂ ਨੂੰ ਆ ਗੱਲ ਚੰਗੀ ਵੀ ਲੱਗਦੀ ਆ ਵੀ ਜੇ ਬਾਹਲੀ ਗੱਲ ਆ ਫਿਰ ਦੋ ਦੋ ਹੱਥ ਕਰ ਲੈਂਦੇ ਆ, ਬਾਹਲੀ ਗੱਲ ਆ ਤਾਂ ਫਿਰ ਆ ਜਾ ਪੱਟ ਪੇ ਥਾਪੀ ਮਾਰ ਕੇ ਤੂੰ ਵੀ ਮੈਦਾਨ 'ਚ ਆ ਜਾ, ਮੈਂ ਵੀ ਆ ਜਾਂਦਾ, ਵੇਖ ਲੈਂਦੇ ਪਰ ਕਿਹਦੀਆਂ ਡੌਲਿਆਂ 'ਚ ਕਿੰਨੀ ਕੁ ਜਾਨ ਆ। ਉਹਨਾਂ ਨੇ ਮੇਰਾ ਖਿਆਲ ਇਸ ਪ੍ਰਸੰਗ 'ਚ ਗੱਲ ਕਰਤੀ ਆ। ਪੱਤਰਕਾਰਾਂ ਨੇ ਗੱਲ ਕਹੀ ਹੈ ਜੀ ਕਿ ਜਾਖੜ ਸਾਹਿਬ ਤੁਸੀਂ ਜਾਓਗੇ ਡਿਬੇਟ ਦੇ ਵਿੱਚ, ਉਹ ਕਹਿੰਦੇ ਡਿਬੇਟ ਨਹੀਂ ਇਹ ਡਰਾਮਾ ਹੈ, ਇੱਥੇ ਜਾਣਾ ਕਿਉਂ ਆ, ਕੋਈ ਕਿਉਂ ਜਾਵੇ? ਪਹਿਲੀ ਗੱਲ ਤਾਂ ਉਹ ਕਹਿੰਦੇ ਵੀ ਇੱਥੇ ਕਿਹੜੇ ਪੰਜਾਬ ਦੇ ਮੁੱਦੇ ਵਿਚਾਰੇ ਜਾਣੇ ਆ, ਉਹ ਕਹਿੰਦੇ ਜੀ ਕਿ ਦੇਖੋ ਇਸ ਵੇਲੇ ਇਹ ਸਿਰਫ ਤੇ ਸਿਰਫ ਡਰਾਮਾ, ਤੇ ਜੇਕਰ ਲੱਗਦਾ ਹੀ ਆ ਭਗਵੰਤ ਮਾਨ ਸਾਹਿਬ ਨੂੰ ਵੀ ਭਾਈ ਬੰਦ ਕਮਰੇ ਦੇ ਵਿੱਚ ਉਹ ਕਹਿੰਦੇ ਕਬੱਡੀ ਖਿਡਾ ਕੇ ਦੇਖ ਲਓ ਮੈਨੂੰ, ਜਿਹੜਾ ਬਾਹਰ ਨਿਕਲਿਆ ਆ ਤੁਸੀਂ ਉਹਨੂੰ ਜੇਤੂ ਮੰਨ ਲਿਓ, ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਗੱਲ ਕਹੀ ਹੈ ਜੀ। ਸੋ ਹੁਣ ਕੌਣ ਕੌਣ ਕਨਫਰਮ ਹੋਏ ਨੇ ਇਸ ਡਿਬੇਟ 'ਚ ਆਉਣ ਲਈ? ਦੇਖੋ ਮੈਨੂੰ ਤਾਂ ਇਉਂ ਲੱਗਦਾ ਜੀ ਕਿ ਇਸ ਬਹਿਸ ਦੇ ਵਿੱਚ ਕੋਈ ਵਿਰਲਾ ਟਾਵਾਂ ਜਾਊਗਾ। ਇਹ ਬਹਿਸ ਨਹੀਂ, ਇਹ ਕਲੇਸ਼ ਆ ਸਿੰਘ ਸਾਹਿਬ। ਇਹ ਦੇਖੋ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਹੈ, ਜੇ ਤਾਂ ਸਾਨੂੰ ਭਰਮ ਹੋਵੇ ਕਿ ਪੰਜਾਬ
ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ, ਪੰਜਾਬ ਦੇ ਸੂਝਵਾਨ ਲੋਕਾਂ ਨੇ, ਉਹ ਤਾਂ ਪਹਿਲਾਂ ਹੀ ਹਰਾਤੇ ਆ। ਕਿਸੇ ਨੂੰ ਕੋਈ ਭੁਲੇਖਾ ਥੋੜੀ ਆ ਕਿ ਭਾਈ ਪੰਜਾਬ ਚ ਨਸ਼ੇ ਕਿਹਨੇ ਲੈ ਕੇ ਆਂਦੇ, ਪੰਜਾਬ ਦੇ ਵਿੱਚ ਗੈਂਗਸਟਰ ਕਿਹਨੇ ਪੈਦਾ ਕੀਤੇ, ਪੰਜਾਬ ਦੇ ਵਿੱਚ ਕੌਣ ਕੌਣ ਕੀ ਖਾ ਗਏ, ਪੰਜਾਬ ਦਾ ਨੁਕਸਾਨ ਕਿਹਨੇ ਕਿਹਨੇ ਕਿਵੇਂ ਕਰਤਾ, ਸਭ ਨੂੰ ਸਭ ਕੁਝ ਪਤਾ। ਸੋ ਇਸ ਬਹਿਸ ਦੇ ਵਿੱਚ ਜਾਣ ਦਾ ਮਤਲਬ ਹੈਗੀਆਂ ਵੀਡੀਓ ਕਲਿੱਪਾਂ। ਤੁਸੀਂ ਮੈਨੂੰ ਕੀ ਕਹਿਤਾ, ਮੈਂ ਤੁਹਾਨੂੰ ਕੀ ਕਹਿਤਾ, ਆਪਾਂ ਦੋਵਾਂ ਨੇ ਰਲ ਕੇ ਤੀਜੇ ਨੂੰ ਕੀ ਕਹਿਤਾ, ਤੀਜੇ ਨੇ ਚੌਥੇ ਨੂੰ ਕੀ ਕਹਿਤਾ, ਇਹ ਹੈਗੀਆਂ ਕਲਿੱਪਾਂ ਵਾਲੀ ਬਹਿਸ ਮੇਰਾ ਖਿਆਲ ਹੋਊਗੀ। ਸੋ ਪਹਿਲੇ ਦਿਨ ਗੱਲ ਕਹੀ ਸੀਗੀ ਰਾਜਾ ਬੜਿੰਗ ਨੇ ਕਿ ਭਾਈ ਮੇਰੇ 7 ਸਵਾਲਾਂ ਦਾ ਉੱਤਰ ਦਿਓ, ਮੈਂ ਫੇਰ ਉਹਨੂੰ ਤਿਆਰ ਹਾਂ, ਕੋਈ ਉੱਤਰ ਨਹੀਂ ਮਿਲਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਚ ਬਹਿਸ ਹੋਣੀ ਚਾਹੀਦੀ ਹੈ, ਕੋਈ ਨਹੀਂ ਮੰਨਿਆ। ਫਿਰ ਉਸ ਤੋਂ ਬਾਅਦ ਸੁਨੀਲ ਜਾਖੜ ਸਾਹਿਬ ਨੇ ਕਿਹਾ ਜੀ ਕਿ ਫੂਲਕਾ ਸਾਹਿਬ ਤੇ ਜਾਂ ਇੱਥੇ ਕਮਰ ਸੰਧੂ ਤੇ ਜਾਂ ਡਾਕਟਰ ਧਰਮਵੀਰ ਗਾਂਧੀ ਦੀ ਅਗਵਾਈ ਚ ਬਹਿਸ ਹੋਵੇ, ਕੋਈ ਨਹੀਂ ਮੰਨਿਆ। ਸੋ ਜਦੋਂ ਇਹਨਾਂ ਦੀ ਸ਼ਰਤ ਆ ਜਿਹੜੀ ਉਹ ਕੋਈ ਮੰਨੀ ਨਹੀਂ ਗਈ, ਤੇ ਹੁਣ ਉਹਨਾਂ ਵਿਰੋਧੀਆਂ ਨੇ ਗੱਲ ਕਹਿਣੀ ਸ਼ੁਰੂ ਕੀਤੀ, ਥਾਂ ਵੀ ਤੁਹਾਡੀ, ਸਮਾਂ ਵੀ ਤੁਹਾਡਾ, ਪੁਲਿਸ ਵੀ ਤੁਹਾਡੀ, ਜੱਜ ਵੀ ਤੁਸੀਂ, ਮੰਚ ਸੰਚਾਲਕ ਵੀ ਤੁਹਾਡੇ, ਦਰਸ਼ਕ ਵੀ ਤੁਹਾਡੇ, ਪੁਲਿਸ ਵੀ ਤੁਹਾਡੀ, ਸਭ ਕੁਝ ਤੁਹਾਡਾ, ਤੇ ਅਸੀਂ ਆਈਏ ਕਿਹੜੀ ਗੱਲੋਂ ਜੀ। ਅੱਛਾ ਟਾਣਾ ਜੀ, ਇਹ ਜਿਹੜੇ ਵਿਰੋਧੀ ਪਾਰਟੀ ਵਾਲੇ ਆ ਜਿਵੇਂ ਮਜੀਠੀਆ ਸਾਹਿਬ ਤੇ ਬਾਦਲ ਤੇ ਬਾਜਵਾ ਤੇ ਬੜਿੰਗ, ਇਹ ਸਾਰੇ ਇਕੱਠੇ ਮੀਟਿੰਗ ਵੀ ਕਰ ਲੈਂਦੇ ਕਦੇ? ਦੇਖੋ ਜੀ, ਹੋ ਸਕਦਾ ਵੀ ਕਰਦੇ ਵੀ ਹੋਣ ਜਾਂ ਫੋਨ ਤੇ ਗੱਲ ਕਰਦੇ ਹੋਣ ਵੀ ਭਾਈ ਮੈਂ ਤਾਂ ਫਿਰ ਕੱਲ ਨੂੰ ਐਂ ਕਰ ਲੈਣਾ, ਤੂੰ ਦੇਖ ਲਈ ਕਿਵੇਂ ਕਰਨਾ। ਸ਼ਾਇਦ ਗੱਲ ਚੱਲਦੀ ਵੀ ਹੋਵੇ, ਪਰ ਜਦੋਂ ਕਈ ਵਾਰੀ ਵੱਖ ਵੱਖ ਸਮਾਗਮਾਂ ਦੇ ਵਿੱਚ ਵੇਖਦੇ ਹਾਂ, ਜਿਵੇਂ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਚਰਚਾ ਕਰਵਾਈ ਸੀ ਪ੍ਰਗਟ ਸਿੰਘ ਹੋਰਾਂ ਨੇ ਪਿਛਲੇ ਦਿਨੀ, ਉਹਦੇ ਵਿੱਚ ਤਾਂ ਸਾਰੇ ਹੀ ਸੀਗੇ। ਦੇਖੋ ਇਹ ਸਮੇਂ ਸਮੇਂ ਦੇ ਉੱਤੇ ਰਾਜਨੀਤਿਕ ਲੋਕਾਂ ਦੇ ਵਿਚਾਰ ਵੀ ਬਦਲਦੇ ਰਹਿੰਦੇ ਆ। ਜੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਦੀ ਜੱਫੀ ਪੈ ਸਕਦੀ ਹੈ, ਤੇ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈਗਾ ਜੀ। ਸੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਇਕੱਠੇ ਹੋ ਕੇ ਬਾਈਕਾਟ ਕਰ ਦੇਣਗੇ? ਮੈਨੂੰ ਤਾਂ ਇਹੀ ਲੱਗਦਾ ਜੀ, ਬਾਕੀ ਤਾਂ ਚਲੋ ਕੁਝ ਘੰਟੇ ਬਾਕੀ ਆ, ਪਰ ਮੈਨੂੰ ਇਹ ਲੱਗਦਾ ਜੀ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ, ਉਹਨਾਂ ਨੇ ਕਹਿਣਾ ਜੀ ਕਿ ਕਿਉਂ ਅੱਗੇ ਤੁਹਾਡੇ ਕੋਲੇ, ਤੇ ਜਿਹੜੇ ਜਿਹੜੇ ਨੇ ਕਿਹਾ ਜੀ ਅਸੀਂ ਬਹਿਸ ਨੂੰ ਤਿਆਰ ਹਾਂ, ਤੇ ਸਰਕਾਰ ਉਹਨਾਂ ਨੂੰ ਨੀ ਮੰਨਦੀ ਗੀ। ਤੁਸੀਂ ਦੇਖੋ ਜੀ, ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿੰਨੀ ਵੱਡੀ ਗਿਣਤੀ ਚ, ਅੱਜ ਕਿਰਤੀ ਕਿਸਾਨ ਯੂਨੀਅਨ ਨੇ ਕਹਿਤਾ, ਜਿਹੜੀ ਜਲ ਸਪਲਾਈ ਜਿਹੜੀ ਯੂਨੀਅਨ ਆ ਉਹਨੇ ਕਹਿਤਾ, ਘੱਟੋ ਘੱਟ ਇੱਕ ਦਰਜਨ ਯੂਨੀਅਨ ਨੇ ਇਹ ਗੱਲ ਕਹੀ ਹੈ ਜੀ ਕਿ ਲੁਧਿਆਣੇ ਦੇ ਵਿੱਚ ਅਸੀਂ ਬਹਿਸ ਨੂੰ ਤਿਆਰ ਹੈਗੇ ਹਾਂ। ਵਿਰੋਧੀਆਂ ਨੂੰ ਇਹ ਗੱਲ ਕਹੀ ਜਾ ਰਹੀ ਆ ਆਪ ਦੇ ਵੱਲੋਂ ਕਿ ਤੁਸੀਂ ਆਓ ਆਪਾਂ ਬਹਿਸ ਕਰਨੀ ਆ, ਤੇ ਮੁਲਾਜ਼ਮ ਜਥੇਬੰਦੀਆਂ ਇਹ ਗੱਲ ਕਹਿਣਗੀਆਂ ਸਾਡੇ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ, ਆ ਜਾਓ ਤੁਹਾਡੇ ਨਾਲ ਅਸੀਂ ਬਹਿਸ ਕਰਨੀ ਆ। ਉਹ ਇੱਧਰ ਆਉਣ ਨੂੰ ਨਹੀਂ ਮੰਨਦੇ, ਇਹ ਉਹਨਾਂ ਨੂੰ ਬੁਲਾ ਕੇ ਨਹੀਂ ਮੰਨਦੇ ਕਿ ਰੌਲਾ ਉੱਥੇ ਦਾ ਉੱਥੇ ਹੀ ਹੈ ਜੀ। ਅੱਛਾ, ਬਾਕੀ ਪੁਲਿਸ ਨੇ ਵੀਲਚੇਅਰ ਵਾਲੇ ਇੱਕ ਚੈਲੰਜ ਵਿਅਕਤੀ ਨਾਲ ਕੀ ਵਰਤਾਓ ਕੀਤਾ? ਬੜਾ ਮਾੜਾ ਵਰਤਾਓ ਕੀਤਾ ਜੀ, ਇਹ ਪਠਾਨਕੋਟ ਦੇ ਵੱਲੋਂ ਖਬਰ ਆਈ ਆ। ਪਤਾ ਲੱਗਾ ਜੀ ਕਿ ਇੱਥੇ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਸੀਗਾ ਕਿ ਸ਼ਰਾਬ ਤਸਕਰ ਅਸੀਂ ਨਾਕਾ ਲਾ ਕੇ ਫੜੇ ਆ। ਉਹਦੇ ਵਿੱਚ ਇੱਕ ਕੁਲਵਿੰਦਰ ਸਿੰਘ ਵੀ ਫੜਿਆ, ਜਿਵੇਂ ਕਿ ਪੁਲਿਸ ਨੇ ਕਿਹਾ, ਪਰਚਾ ਦਰਜ ਹੋਇਆ। ਉਹ ਕੁਲਵਿੰਦਰ ਸਿੰਘ ਨੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਤਾ। ਉਹਨੇ ਇਹ ਗੱਲ ਕਹੀ ਕਿ ਮੈਂ 80% ਡਿਸੇਬਲ ਆ, ਮੈਂ ਅਪਾਹਜ ਵਿਅਕਤੀ ਹਾਂ, ਮੈਂ ਤਾਂ ਵੀਲ ਚੇਅਰ ਤੇ ਚੱਲਦਾ, ਮੈਂ ਦਾਰੂ ਲੈ ਕੇ ਕਿੱਥੇ ਭੱਜਣ ਵਾਲਾ, ਮੈਂ ਤਸਕਰੀ ਕਿਵੇਂ ਕਰ ਲੂੰਗਾ। ਇਸ ਮਾਮਲੇ ਦੇ ਉੱਤੇ ਪੁਲਿਸ ਨੂੰ ਝਾੜ ਪਾਈ ਆ ਹਾਈ ਕੋਰਟ ਨੇ, 1.5 ਲੱਖ ਰੁਪਏ ਦਾ ਜੁਰਮਾਨਾ ਕੀਤਾ ਵੀ ਭਾਈ ਤੁਸੀਂ ਅਪਾਹਜ ਬੰਦੇ ਦਾ ਨਾਂ ਵਿੱਚ ਕਿਵੇਂ ਦਰਜ ਕੀਤਾ। ਪੁਲਿਸ ਨੇ ਇਹ ਗੱਲ ਕਹੀ ਆ ਕਿ ਸਾਡੇ ਕੋਲੋਂ ਸ਼ਨਾਖਤ ਗਲਤ ਹੋ ਗਈ, ਅਸੀਂ ਪਛਾਣ ਗਲਤ ਕਰ ਲਈ, ਇਹਦੇ ਭਰਾ ਦਾ ਵਿੱਚ ਨਾਂ ਪਾਉਣਾ ਸੀਗਾ, ਅਸੀਂ ਇਹਦਾ ਨਾਂ ਪਾ ਬੈਠੇ ਹਾਂ। ਸੋ ਇਸ ਗੱਲ ਕਰਕੇ ਪੰਜਾਬ ਪੁਲਿਸ ਵੀ ਝਾੜ ਪਾਈ ਹੈ ਜੀ। ਨਵਜੋਤ ਸਿੱਧੂ ਦੇ ਪੁੱਤਰ ਦਾ ਵਿਆਹ ਕਦੋਂ ਨੀਯਤ ਹੋਇਆ? ਦੇਖੋ ਬੜੀ ਚੰਗੀ ਗੱਲ ਹੈ ਜੀ, ਦੇਖੋ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ, ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ, ਆਪਾਂ ਜਾਣਦੇ ਵੀ ਕੈਂਸਰ ਦੇ ਨਾਲ ਵਿਚਾਰੇ ਜੂਝਦੇ ਰਹੇ ਆ, ਤੇ ਹੁਣ ਅਸੀਂ ਇਸ ਗੱਲ ਦੀ ਆਸ ਕਰਦੇ ਕਿ ਉਹ ਤੰਦਰੁਸਤੀ ਦੇ ਵੱਲ ਵਧ ਰਹੇ ਆ, ਤੇ ਵਧਣੇ ਵੀ ਚਾਹੀਦੇ ਆ। ਪਰ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਛੇਤੀ ਹੀ ਵਾਜੇ ਗਾਜੇ ਵੱਜਣ ਵਾਲੇ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਦਾ ਵਿਆਹ ਜਿਹੜਾ ਉਹ 7 ਦਸੰਬਰ ਦਾ ਤੈਅ ਕਰ ਦਿੱਤਾ ਗਿਆ। 7 ਦਸੰਬਰ ਨੂੰ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਆ ਜਾਣੇ ਆ, ਯਾਨੀ ਕਿ ਉੱਥੇ ਵਾਜੇ ਗਾਜੇ ਵੱਜ ਜਾਣੇ ਆ। ਤੇ ਪਤਾ ਲੱਗਾ ਜੀ ਕਿ ਜਦੋਂ ਸਾਹੇ ਚਿੱਠੀ ਹੈ ਜਿਹੜੀ ਉਹ ਲੈ ਕੇ ਗਏ, ਤੇ ਉੱਥੇ ਜਿਹੜੀ ਕੁੜਬਣੀ ਬਣਨੀ ਹੈਗੀ ਆ ਨਵਜੋਤ ਸਿੱਧੂ ਦੀ, ਤੇ ਉਹਨਾਂ ਨੇ ਆਪਦਾ ਜਿਹੜਾ ਸਾਹੇ ਚਿੱਠੀ ਪੜ੍ਹ ਕੇ ਸੁਣਾਈ ਹੈ, ਤੇ ਸਿੱਧੂ ਹੋਰਾਂ ਨੇ ਗੱਲ ਕਹੀ ਆ ਵੀ ਬਰਾਤ ਘੋੜੀ ਤੇ ਲੈ ਕੇ ਆ ਗਏ ਤੇ ਕਾਰਾਂ ਤੇ ਲੈ ਕੇ ਆ ਗਏ, ਇਹ ਵੀਡੀਓ ਕਾਫੀ ਵਾਇਰਲ ਹੋਈ ਹੈ। ਅੱਛਾ, ਇੱਕ ਵਾਰੀ ਤੁਹਾਡੇ ਯਾਦ ਹੋਣਾ ਕਿ ਤੁਸੀਂ ਖਬਰ ਦਿੱਤੀ ਸੀ ਦਰਅਸਲ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਮੰਗੀ ਸੀ, ਹੁਣ ਮਜੀਠੀਆ ਨੇ ਉਹ ਚਿੱਠੀ ਕਿਉਂ ਕੱਢ ਲਈ ਆ? ਦੇਖੋ ਜੀ, ਮਜੀਠੀਆ ਹੋਰਾਂ ਨੇ ਚਿੱਠੀ ਕੱਢੀ ਆ ਇਸ ਕਰਕੇ, ਉਹ ਕਹਿੰਦੇ ਜੀ ਦੇਖੋ ਆਹ ਦੇਖੋ ਜੀ, ਇਹਦੇ ਬਾਰੇ ਵੀ ਕਦੇ ਵਿਚਾਰ ਕਰੀਏ ਵੀ ਭਾਈ ਮੇਰੇ ਕੋਲੋਂ ਤਾਂ ਮਾਫੀਆਂ ਮੰਗਦੇ ਰਹੇ ਆ, ਸਾਨੂੰ ਕਹਿੰਦੇ ਵੀ ਇਹ ਬੰਦੇ ਗਲਤ ਹਨ, ਤੇ ਗਲਤ ਬੰਦਿਆਂ ਦੇ ਕੋਲੋਂ ਕੇਜਰੀਵਾਲ ਸਾਹਿਬ ਨੇ ਮਾਫੀ ਕਿਹੜੀ ਕਦੋਂ ਮੰਗੀ ਸੀ? ਆਪਾਂ ਜਾਣਦੇ ਜੀ ਕਿ ਇੱਕ ਵਾਰੀ ਇਹ ਮੁਹਿੰਮ ਚਲਾਈ ਸੀਗੀ ਆਮ ਆਦਮੀ ਪਾਰਟੀ ਨੇ ਕਿ ਮੈਂ ਸ਼ਰੇਆਮ ਕਹਿਣਾ ਹਾਂ ਕਿ ਮਜੀਠੀਆ ਚੋਰ ਹੈ, ਮਜੀਠੀਆ ਤਾਂ ਡਰੱਗ ਨਸ਼ਾ ਤਸਕਰ ਹੈ, ਤੇ ਬਾਅਦ ਦੇ ਵਿੱਚ ਮਜੀਠੀਆ ਦੇ ਵੱਲੋਂ ਕੇਜਰੀਵਾਲ ਦੇ ਉੱਤੇ ਤੇ ਸੰਜੇ ਸਿੰਘ ਦੇ ਉੱਤੇ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਉਦੋਂ ਕੇਜਰੀਵਾਲ ਨੇ ਲਿਖਤੀ ਤੌਰ ਦੇ ਉੱਤੇ ਮਾਫੀ ਮੰਗ ਲਈ ਸੀ, ਤੇ ਸੰਜੇ ਸਿੰਘ ਹਾਲੇ ਵੀ ਅਦਾਲਤ ਦੇ ਵਿੱਚ ਇਸ ਕੇਸ ਦੀ ਪੇਸ਼ੀ
ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਭਾਈ ਮਜੀਠੀਆ ਨੇ ਉਹ ਚਿੱਠੀ ਜਿਹੜੀ ਕਿ ਕੇਜਰੀਵਾਲ ਦੇ ਵੱਲੋਂ ਲਿਖਤੀ ਤੌਰ ਤੇ ਮਾਫੀ ਮੰਗੀ ਗਈ ਸੀ ਉਹ ਨਸ਼ਰ ਕੀਤੀ ਹੈ ਸੋਸ਼ਲ ਮੀਡੀਆ ਤੇ। ਉਹਨਾਂ ਨੇ ਕਿਹਾ ਜੀ ਕਿ ਆਹ ਦੇਖ ਲਓ ਇਹ ਪਹਿਲਾਂ ਮਾਫੀ ਮੰਗ ਲੈਂਦੇ ਆ, ਕਦੇ ਕਹਿ ਦਿੰਦੇ ਫਲਾਣਾ ਤਸਕਰਾ, ਕਦੇ ਕੁਛ ਕਹਿ ਦਿੰਦੇ ਆ, ਫਿਰ ਮਾਫੀ ਮੰਗਣ ਲੱਗੇ ਵੀ ਮਿੰਟ ਲਾਉਂਦੇ ਆ ਜੀ। ਟਿੰਡਾ ਜੀ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ, ਧੰਨਵਾਦ।